हां जी दोस्तों स्वागत करदेया तौहाडा सवदा साडी चैनल के स्टडी पॉइंट ਦੇ ਵਿੱਚ। ਦੋਸਤੋ ਲੈ ਕੇ ਆਜੇ ਹਾਂ ਜੀ ਉਹ ਸੱਤਵੀਂ ਜਮਾਤ ਵਾਲਿਆਂ ਦੇ ਲਈ ਸਾਇੰਸ ਦਾ ਪੇਪਰ ਜੋ ਕਿ ਤੁਹਾਡਾ ਨਵੰਬਰ ਪ੍ਰੀਖਿਆ ਦੇ ਵਿੱਚ ਹੋਣ ਵਾਲਾ ਹੈ। ਫੁੱਲੀ ਸੋਲਵਡ ਪੇਪਰ ਲੈ ਕੇ ਆਜੇ ਹਾਂ ਦੋਸਤੋ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਇਸੇ ਨਾਲ ਦੋਸਤੋ ਕੰਟੀਨਿਊ ਕਲਿੱਕ ਕਰਕੇ ਆਲਰਟ ਸੈਟ ਜਰੂਰ ਕਰ ਦੇਣਾ। ਜਿੱਦ ਤੇ ਰਹੀ ਦੋਸਤੋ ਤੁਹਾਨੂੰ ਫਾਈਨਲ ਦੇ ਵਿੱਚ ਵੀ ਪੇਪਰ ਹੋਣੀ ਹੈ ਤੁਹਾਡੇ ਉਹਨਾਂ ਦੀ ਵੀ ਵੀਡੀਓ ਆਪਾਂ ਇਸੇ ਚੈਨਲ ਦੇ ਉੱਪਲੋਡ ਕਰਾਂਗੇ। ਤੇ ਦੋਸਤੋ ਤੁਸੀਂ ਇੱਕ ਸਾਡੇ ਨੂੰ ਪਾਗ ਉੜਾ ਇਹਨਾਂ ਦਿੱਤੇ ਬਹੁਤ ਵਿਕਲਪੀ ਪ੍ਰਸ਼ਨਾਂ ਦੇ ਉੱਤਰ ਦਿਓ ਸਾਰੇ ਪ੍ਰਸ਼ਨ ਜੁੜੇ ਹਨ ਜੋ ਕਿ ਦੋਸਤੋ 1 ਇੱਕ ਨੰਬਰ ਦੇ ਹੋਣਗੇ ਇਹ ਕੁਐਸਚਨ 7 ਕੁਐਸਚਨ ਪਹਿਲੇ ਹੋਣਗੇ ਜਿਸ ਦੇ ਵਿੱਚ ਦੋਸਤੋ ਪਹਿਲਾ ਕੁਐਸਚਨ ਆ ਜਾਂਦਾ ਹੈ ਕਿਹੜਾ ਉਪਕਰਨ ਬਿਜਲੀ ਦੇ ਤਾਪਨ ਪ੍ਰਭਾਵ ਦੀ ਵਰਤੋਂ ਨਹੀਂ ਕਰਦਾ ਇਸ ਦਾ ਉੱਤਰ ਆ ਜੀ ਦੋਸਤੋ ਬਿਜਲੀ ਟੋਸਟਰ ਤੇ ਅੱਗੇ ਆਈ ਉਹ ਵਲਵ ਵਿੱਚ ਵਰਤੀ ਜਾਣ ਵਾਲੀ ਤਾਰ ਨੂੰ ਕੀ ਕਹਿੰਦੇ ਹਨ ਦੋਸਤੋ ਉੱਤਰ ਆ ਜੂ ਐਲੀਮੈਂਟ ਮਨੁੱਖੀ ਸਰੀਰ ਦਾ ਔਸਤ ਤਾਪਮਾਨ ਹਾਂਜੀ ਦੋਸਤੋ 37 ਡਿਗਰੀ ਸੈਲਸਿਅਸ ਸੈਲਸੀਅਸ ਤੇ ਅੱਗੇ ਆਇਓ ਤਾਪ ਦਾ ਕੁਚਾਲਕਾ ਇਸ ਦਾ ਉੱਤਰ ਆ ਜੀ ਦੋਸਤੋ ਲੱਕੜਾ ਤਾਪ ਦਾ ਕੁਚਾਲਕ ਕੀ ਹੁੰਦਾ ਹੈ ਦੋਸਤੋ ਲੱਕੜਾ ਤੇ ਰਸਾਇਣਿਕ ਪਰਿਵਰਤਨ ਦੀ ਉਦਾਹਰਣ ਹੈ ਇਸ ਦਾ ਉੱਤਰ ਆ ਜੋ ਮੋਮਬਤੀ ਦਾ ਜਲਣਾ ਤੇ ਅੱਗੇ ਆਜੂ ਆ ਲੋਹੇ ਦੀਆਂ ਬਣੀਆਂ ਚੀਜ਼ਾਂ ਨੂੰ ਜੰਗਾਲ ਲੱਗਣ ਜੰਗਾਲ ਲੱਗਣ ਲਈ ਜ਼ਰੂਰੀ ਜ਼ਰੂਰੀ ਜ਼ਰੂਰਤ ਕੀ ਹੈ ਉੱਤਰ ਆ ਜੀ ਦੋਸਤੋ ਉਪਰੋਕ ਸਾਰੇ ਤੇ ਅੱਗੇ ਆ ਜੂਆ ਇਹਨਾਂ ਵਿੱਚੋਂ ਕਿਹੜਾ ਪ੍ਰਕਾਸ਼ ਦਾ ਚੰਗੀ ਤਰ੍ਹਾਂ ਪਰਵਰਤਨ ਨਹੀਂ ਕਰਦਾ ਉੱਤਰ ਆਇਆ ਦੋਸਤੋ ਗੱਤੇ ਦਾ ਟੁਕੜਾ ਤੇ ਅੱਗੇ ਆ ਜੀ ਦੋਸਤੋ ਹੇਠ ਲਿਖੇ ਆ ਵੀ ਪ੍ਰਸ਼ਨਾਂ ਦੇ ਉੱਤਰ ਦਿਓ ਕੋਈ ਚਾਰ ਪ੍ਰਸ਼ਨ ਕਰੋ ਹਾਂਜੀ ਦੋਸਤੋ ਦੋ ਦੋ ਨੰਬਰ ਦੇ ਕੁਐਸਚਨ ਹੋਣਗੇ ਕੁੱਲ ਚਾਰ ਕੁਐਸਚਨ ਕਰਨੇ ਹਨ ਤੁਸੀਂ ਤੇ ਅੱਗੇ ਆ ਜੀ ਦੋਸਤੋ ਇਸ ਦੇ ਵਿੱਚ ਪਹਿਲਾ ਕੁਐਸਚਨ ਹੈ ਚੁੰਬਕੀ ਭੈਣ ਕੀ ਹੁੰਦੀ ਹੈ ਇਹ ਕਿਵੇਂ ਕੰਮ ਕਰਦੀ ਹੈ ਉੱਤਰ ਆਇਆ ਦੋਸਤੋ ਚੁੰਬਕੀ ਕੋਨਾ ਇਹ ਇੱਕ ਆਮ ਨਾ ਹੁੰਦੀ ਹੈ ਜਿਸ ਦੇ ਵਿੱਚ ਇੱਕ ਸਿਰੇ ਤੇ ਸ਼ਕਤੀਸ਼ਾਲੀ ਵਿਜਲੀ ਚੁੰਬਕ ਜੁੜਾ ਹੁੰਦਾ ਹੈ ਵਿਜਲੀ ਧਾਰਾ ਲੰਘਾਉਣ ਤੇ ਇਹ ਸ਼ਕਤੀਸ਼ਾਲੀ ਚੁੰਬਕ ਬਣ ਜਾਂਦਾ ਹੈ ਜੋ ਕਬਾੜ ਵਿੱਚ ਲੋਹੇ ਨੂੰ ਆਕਰਸ਼ਿਤ ਕਰਕੇ ਅੱਡ ਕਰ ਲੈਂਦਾ ਹੈ ਅਤੇ ਵਿਜਲੀ ਧਾਰਾ ਬੰਦ ਕਰਨ ਤੇ ਇਹ ਆਪਣਾ ਚੁੰਬੂਗੀ ਗੁਣ ਗਵਾ ਲੈਂਦਾ ਹੈ ਅਸੀਂ ਸਰਦੀਆਂ ਵਿੱਚ ਖੜੇ ਅਤੇ ਗਰਮੀਆਂ ਵਿੱਚ ਹਲਕੇ ਰੰਗ ਦੇ ਕੱਪੜੇ ਕਿਉਂ ਪਾਣਦੇ ਹਾਂ ਤੇ ਸਰਦੀਆਂ ਵਿੱਚ ਗੂੜੇ ਰੰਗ ਆਣੇ ਦੋਸਤੋ ਇਥੇ ਤੇ ਗੂੜੇ ਰੰਗ ਦੇ ਕੱਪੜੇ ਹਲਕੇ ਰੰਗ ਦੇ ਕੱਪੜਿਆਂ ਦੇ ਮੁਕਾਬਲੇ ਤਾਪ ਨੂੰ ਵੱਧ ਸੋਖਦੇ ਹਨ ਇਸ ਲਈ ਸਰਦੀਆਂ ਨੂੰ ਅਸੀਂ ਗੂੜੇ ਰੰਗ ਦੇ ਕੱਪੜੇ ਪਾਣਦੇ ਹਾਂ ਤਾਂ ਜੋ ਜਿਆਦਾ ਤਾਪ ਸੋਖ ਕੇ ਸਾਡੇ ਸਰੀਰ ਨੂੰ ਨਿੱਗਾ ਰੱਖਣਾ ਜਦ ਕਿ ਹਲਕੇ ਰੰਗ ਵਾਲੇ ਕੱਪੜੇ ਘੱਟ ਤਾਪ ਦੇ ਸੋਖਕਾ ਤੇ ਵਧੀਆ ਪ੍ਰਾਰਬਤਕ ਹੁੰਦੇ ਹਨ ਜਿਸ ਕਰਕੇ ਸਾਡੇ ਸਰੀਰ ਨੂੰ ਹੋਰ ਗਰਮੀ ਨਹੀਂ ਮਹਿਸੂਸ ਹੁੰਦੀ ਤੇ ਅੱਗੇ ਜੀ ਦੋਸਤੋਂ ਤੀਜਾ ਕੁਐਸਚਨ ਲੋਹੇ ਦੀਆਂ ਵਸਤੂਆਂ ਨੂੰ ਆਕਰਸ਼ਕ ਆਕਰਸਕ ਕਿਉਂ ਪੇਂਟ ਕੀਤਾ ਜਾਂਦਾ ਹੈ ਅਕਸਰ ਕਿਉਂ ਪੇਂਟ ਕੀਤਾ ਜਾਂਦਾ ਹੈ ਦੋਸਤੋਂ ਉੱਤਰ ਆ ਜੂਗਾ ਲੋਹੇ ਦੀਆਂ ਵਸਤੂਆਂ ਤੇ ਪੇਂਟ ਕਰਕੇ ਸਤਹ ਨੂੰ ਹਵਾ ਆਕਸੀਜਨ ਤੇ ਪਾਣੀ ਦੇ ਸੰਪਰਕ ਵਿੱਚ ਨਹੀਂ ਆਉਣ ਦਿੱਤਾ ਜਾਂਦਾ ਹੈ ਅਜਿਹਾ ਕਰਨ ਨਾਲ ਲੋਹੇ ਦੇ ਵਸਤੂ ਅਤੇ ਸਤਹ ਤੇ ਜੰਗਲ ਜੰਗਾਲ ਲੱਗਣ ਤੋਂ ਰੋਕਿਆ ਜਾ ਸਕਦਾ ਹੈ ਤੇ ਦੋਸਤੋਂ ਇਹ ਜੰਗ ਆਊਗਾ ਓਰੇ ਜੋ ਨਹੀਂ ਜਾਲ ਲੱਗ ਜਾਂਦੀ ਹੈ ਉਹ ਆ ਜੂ ਤੁਹਾਡਾ ਇੱਥੇ ਹੈ ਅਨਸਰ ਅਭਾਸੀ ਪ੍ਰਤੀਬਿੰਬ ਕੀ ਹੁੰਦਾ ਹੈ ਕੋਈ ਹਜੀਪ ਸਥਿਤੀ ਦੱਸੋ ਜਿੱਥੇ ਅਭਾਸੀ ਪ੍ਰਤੀਬਿੰਬ ਬਣਦਾ ਹੋਵੇ ਉੱਤਰ ਹੈ ਦੋਸਤੋ ਅਭਾਸੀ ਪ੍ਰਤੀਬਿੰਬ ਜਿਸ ਪ੍ਰਤੀਬਿੰਬ ਨੂੰ ਪਰਤੇ ਉਤੇ ਪ੍ਰਾਪਤ ਨਾ ਕੀਤਾ ਜਾ ਸਕੇ ਉਸ ਨੂੰ ਅਭਾਸੀ ਪ੍ਰਤੀਬਿੰਬ ਆਖਦੇ ਹਨ ਸਮਤਲ ਦਰਪਨ ਇਸ ਵਿੱਚ ਬਣਿਆ ਹੋਇਆ ਪ੍ਰਤੀਬਿੰਬ ਹਮੇਸ਼ਾ ਅਭਾਸੀ ਹੁੰਦਾ ਹੈ ਉੱਤਲ ਦਰਪਨ ਵਿੱਚ ਬਣਿਆ ਪ੍ਰਤੀਬਿੰਬ ਹਮੇਸ਼ਾ ਅਭਾਸੀ ਹੁੰਦਾ ਹੈ ਅਫਤਲ ਦਰਪਨ ਵਿੱਚ ਪ੍ਰਤੀਮ ਉਦੋਂ ਆਵਾਸੀ ਬਣਦਾ ਹੈ ਜੇ ਉਦੋਂ ਵਸਤੂ ਦਰਪਨ ਦੇ ਕਾਫੀ ਨੇੜੇ ਰੱਖੀ ਜਾਏ ਤੇ ਇਹ ਹੋਗੇ ਦੋਸਤੋ ਤੁਹਾਡੇ ਕੁੱਲ ਚਾਰ ਕੁਐਸਚਨ ਤੇ ਅੱਗੇ ਆਜੋ ਦੋਸਤੋ ਤੀਜਾ ਕੁਐਸਚਨ ਕੋਈ ਇੱਕ ਪ੍ਰਸ਼ਨ ਕਰੋ ਇਹਦੇ ਵਿੱਚ ਦੋਸਤੋ ਤੁਹਾਨੂੰ ਇਹ 5 ਅੰਕਾਂ ਦਾ ਇੱਕ ਕੁਐਸਚਨ ਹੋਊਗਾ ਜਿਸ ਦੇ ਵਿੱਚ ਇਹ ਦੋ ਦੋ ਕੁਐਸਚਨ ਹੋਣਗੇ ਤਾਂ ਦੋਨੋਂ ਵਿੱਚ ਕੋਈ ਵੀ ਜਿਆਦਾ ਆਪਸ਼ਨ ਹੈ ਕੋਈ ਵੀ ਕਰ ਸਕਦੇ ਹੋ ਜਿਵੇਂ ਕਿ ਪਹਿਲਾ ਕੁਐਸਚਨ ਆ ਜਾਂਦਾ ਹੈ ਬਿਜਲੀ ਫਿਊਜ਼ ਕਿਉਂ ਹੁੰਦਾ ਹੈ ਬਿਜਲੀ ਦੀ ਸਪਲਾਈ ਵਿੱਚ ਇਸ ਦੀ ਕੀ ਮਹੱਤਤਾ ਹੈ ਉੱਤਰ ਹੈ ਦੋਸਤੋ ਬਿਜਲੀ ਫਿਊਜ਼ ਕਦੇ ਕਦੇ ਘਰਾਂ ਦੇ ਕਾਰਖਾਨਿਆਂ ਵਿੱਚ ਬਿਜਲੀ ਦੀਆਂ ਡੋਰੀ ਦੀਆਂ ਦੋਨੋਂ ਤਾਰਾਂ ਇੱਕ ਦੂਜੇ ਦੇ ਸੰਪਰਕ ਵਿੱਚ ਆ ਜਾਂਦੀਆਂ ਹਨ ਤਾਂ ਸ਼ਾਰਟ ਸਰਕਟ ਹੋ ਜਾਂਦਾ ਹੈ ਜਿਸ ਤੋਂ ਸਰਕਟ ਦਾ ਪ੍ਰਤੀਰੋਧ ਘਟ ਹੋਣ ਕਾਰਨ ਬਿਜਲੀ ਤਾਰਾਂ ਦੀ ਮਾਤਰਾ ਵਧ ਜਾਂਦੀ ਹੈ ਅਤੇ ਤਾਪ ਪੈਦਾ ਹੋਣ ਕਾਰਨ ਬਿਜਲੀ ਤਾਰਾਂ ਬਿਜਲੀ ਉਪਕਰਨ ਨੂੰ ਅੱਗ ਲੱਗ ਜਾਂਦੀ ਹੈ ਇਸ ਪ੍ਰਕਾਰ ਦੇ ਖਤਰੇ ਤੋਂ ਬਚਣ ਲਈ ਸਰਕਟ ਦੀਆਂ ਤਾਰਾਂ ਵਿੱਚ ਫਿਊਜ਼ ਤਾਰ ਲਗਾਏ ਜਾਂਦੇ ਹਨ ਤੇ ਅਗਿਆ ਇਸੇ ਦਾ ਹੀ ਪੈਰਾ ਦੋਸਤੋ ਬਣਾਟ ਆਮ ਤੌਰ ਤੇ ਫਿਊਜ਼ ਤਾਰ ਤਾਂਬਾ ਟੀਨ ਅਤੇ ਲੈਂਡ ਦੇ ਮਿਸ਼ਰਣ ਤੋਂ ਬਣਿਆ ਇੱਕ ਛੋਟੀ ਜੀ ਪਤਲੀ ਤਾਰ ਹੁੰਦੀ ਹੈ ਜੀਤਾ ਪਿਘਲਾਅ ਦਰਜ ਤਾਂਬੇ ਦੀ ਤੁਲਨਾ ਵਿੱਚ ਬਹੁਤ ਘੱਟ ਹੁੰਦਾ ਹੈ ਇਸ ਤਾਰ ਨੂੰ ਚਿੰਨੀ ਮਿੱਟੀ ਦੇ ਹੋਲਡਰ ਵਿੱਚ ਲੱਗੇ ਦੋ ਟਰਮੀਨਲ ਵਿੱਚਕਾਰ ਜੋੜਿਆ ਜਾਂਦਾ ਹੈ ਜਿਸ ਸਰਕਟ ਦੀ ਸੁਰੱਖਿਆ ਕਰਨੀ ਹੁੰਦੀ ਹੈ ਉਸ ਦੀਆਂ ਜੋ ਦੋ ਜੋੜਨ ਤਾਰਾਂ ਵਿੱਚ ਸ਼੍ਰੇਣੀ ਮੰਦ ਜੋੜ ਦਿੰਦੇ ਹਨ ਮੋਟਾਈ ਅਨੁਸਾਰ ਫਿਊਜ਼ ਤਾਰ ਦੀ ਇੱਕ ਨਿਸ਼ਚਿਤ ਸਮਰੱਥਾ ਹੁੰਦੀ ਹੈ ਜਿਸ ਤੋਂ ਵੱਧ ਪਾਰਾ ਲੱਗਣ ਨਾਲ ਫਿਊਜ਼ ਤਾਰ ਗਰਮ ਹੋ ਕੇ ਪਿਘਲ ਜਾਂਦੀ ਹੈ ਤਾਰ ਦੇ ਪਿਘਲਣ ਨਾਲ ਸ਼ਾਰਟ ਸਰਕਟ ਟੁੱਟ ਜਾਂਦਾ ਹੈ ਤੇ ਬਿਜਲੀ ਧਾਰਾ ਦਾ ਪ੍ਰਵਾਹ ਰੁਕ ਜਾਂਦਾ ਹੈ ਇਸ ਤੋਂ ਉਪਕਰਨ ਵਿੱਚ ਉਪਕਰਨ ਵਿੱਚ ਜਾਂ ਸਰਕਟ ਵਿੱਚ ਹੋਈ ਕਿਸੇ ਖਰਾਬੀ ਜਾਂ ਫੋਰਨਲ ਪਤਾ ਲੱਗ ਜਾਂਦਾ ਹੈ ਉਸ ਖਰਾਬੀ ਨੂੰ ਦੂਰ ਕਰਕੇ ਫਿਊਜ਼ ਹੋਲਡਰ ਵਿੱਚ ਨਵੀਂ ਫਿਊਜ਼ ਤਾਰ ਨੂੰ ਲੱਗਣ ਤੋਂ ਬਾਅਦ ਦੁਬਾਰਾ ਬਿਜਲੀ ਤਾਰਾ ਦੇ ਪਰਵੇ ਨੂੰ ਚਾਲੂ ਕਰ ਲਿਆ ਜਾਂਦਾ ਹੈ। ਹਾਂਜੀ ਅੱਗੇ ਆ ਜੂਆ ਤੁਹਾਡਾ ਕੁਐਸਚਨ ਨੰਬਰ ਅਗਲਾ ਜਿਹੜਾ ਕੀ ਜਾਂ ਦੇ ਵਿੱਚ ਆਪਸ਼ਨ ਹੈ ਤਾਪ ਸੰਚਾਰ ਦੇ ਵੱਖ-ਵੱਖ ਢੰਗ ਕਿਹੜੇ ਹਨ? ਉੱਤਰਾ ਜੀ ਦੋਸਤੋ ਤਾਪ ਸੰਚਾਰ ਦੇ ਵੱਖ-ਵੱਖ ਢੰਗਾਂ ਤਾਪ ਸੰਚਾਰ ਦੇ ਹੇਠ ਲਿਖੇ ਤਿੰਨ ਢੰਗ ਹਨ। ਉੱਤਰਾ ਜੂਆ ਉੱਤਰਾ ਜੂਆ ਤੁਹਾਡਾ ਪਹਿਲਾ ਚਾਲਨ ਸਵਹਨ ਵਿਕਰਨ ਚਲਨ ਦਾ ਉਤਰਾਜੂ ਦੋਸਤੋ ਇਹ ਉਹ ਤਾਪ ਸੰਚਾਰ ਦਾ ਢੰਗ ਹੈ ਜਿਸ ਵਿੱਚ ਤਾਪ ਦਾ ਸੰਚਾਰ ਵਸਤ ਦੇ ਗਰਮ ਸਿਰੇ ਤੋਂ ਠੰਡੇ ਸਿਰੇ ਵੱਲ ਵਸਤੂ ਦੇ ਕਣਾਂ ਰਾਹੀਂ ਹੁੰਦਾ ਹੈ ਪਰੰਤੂ ਕਣ ਆਪਣੇ ਸਥਾਨ ਤੇ ਸਥਿਰ ਬਣੇ ਰਹਿੰਦੇ ਹਨ ਠੋਸ ਪਦਾਰਥ ਚਲਨ ਵਿਧੀ ਰਾਹੀਂ ਗਰਮ ਹੁੰਦਾ ਹੈ ਤੇ ਸਭ ਹਨ ਇਹ ਇਹ ਤਾਪ ਸੰਚਾਰ ਦਾ ਉਹ ਢੰਗ ਹੈ ਜਿਸ ਵਿੱਚ ਤਰਲ ਜਾਂ ਗੈਸ ਪਦਾਰਥ ਦੇ ਗਰਮ ਹੋਏ ਕਣਾਂ ਦੀ ਅਸਲ ਵਿੱਚ ਗਤੀ ਹੁੰਦੀ ਹੈ ਸਵਹਨ ਕਾ ਹੁੰਦਾ ਹੈ ਤਰਲ ਅਤੇ ਗੈਸ ਸਵਹਨ ਟੰਗਨਾ ਟੰਗ ਰਹੀ ਗਰਮ ਹੁੰਦੇ ਹਨ ਵਿਕਰਨ ਇਹੋ ਟੰਗ ਹੈ ਜਿਸ ਵਿੱਚ ਉਹ ਵਸਤੂ ਗਰਮ ਵਸਤੂਆਂ ਦੁਆਰਾ ਤਾਪ ਵਿਕਰਨ ਛੱਡਣ ਕਾਰਨ ਬਿਨਾ ਕਿਸੇ ਮਾਧਿਅਮ ਦੇ ਤਾਪ ਤਾਂ ਸੰਚਾਰ ਟੰਗੀ ਠੰਡੀ ਵਸਤੂ ਵੱਲ ਹੁੰਦਾ ਹੈ ਤਾਪ ਵਿਕਰਨ ਲਈ ਕਿਸੇ ਮਾਧਿਅਮ ਦੀ ਲੋੜ ਨਹੀਂ ਹੁੰਦੀ ਇਹ ਸੀ ਦੋਸਤੋ ਤੁਹਾਡਾ ਪੂਰਾ ਪੇਪਰ ਹਲੋ ਹੈ ਸਾਨੂੰ ਦੱਸ ਦਿਓ ਕਿ ਕਿਹੜਾ ਪੇਪਰ ਤੁਹਾਨੂੰ ਚਾਹੀਦਾ ਹੈ ਤੇ ਦੋਸਤੋ ਫਾਈਨਲ ਦੇ ਵੀ ਐਗਜ਼ਾਮ ਹੋਣਗੇ ਤੁਹਾਡੇ ਆਪਾਂ ਇਸ ਚੈਨਲ ਤੇ ਅਪਲੋਡ ਕਰਾਂਗੇ ਉਸਦੇ ਲਈ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਘੰਟੀ ਤੇ ਕਲਿੱਕ ਕਰਕੇ ਆਲਰਟ ਹਟ ਜਰੂਰ ਕਰ ਦੇਣਾ ਤੇ ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਇਸ ਦੀ ਵੀਡੀਓ ਤੁਹਾਨੂੰ ਉਸੇ ਚੈਨਲ ਦੇ ਅਪਲੋਡ ਹੋਈ ਮਿਲੇਗੀ ਤੇ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ